ਸਤਿਕਾਰ ਜੀ ਲੱਗੇ ਭਾਈ ਬਣਾ ਦਿੱਤਾ ਮੈਂ ਕੁੰਡੇ ਕਾਫੀ ਰਹਿ ਕੇ ਲਾਉਣੀ ਹੁਣ ਬੜੀਆ ਲਗਣਾਈ ਲਗਣਾਈ ਤੋਂ ਬਾਅਦ ਹੁਣ ਪੈ ਗਿਆ ਟਾਈਮਰ ਮਾਰ ਕੇ ਫਿੱਟ ਕਰੀਏ ਕੱਗੇ ਹੈਨਾ ਚਾਰ ਦਿਨ ਰੰਗ ਲੇਟ ਵੀ ਹੋ ਗਿਆ ਫਿਰ ਜੰਗ ਨਹੀਂ ਹੋ ਗਈ ਸਾਰੀ ਜੰਗ ਹੋ ਗਈ ਮੰਨ ਕੇ ਚੱਲ ਤੂੰ ਹੁਣ ਢਾਈ ਵੱਜ ਗਏ 3 ਵਜੇ ਤੁਰੂਗੇ ਮੰਨ ਕੇ ਚੱਲ 7-8 ਵਜੇ ਨੇ ਹੈ ਫੁੱਟ ਦਾ ਸੁਹਾਗਾ ਵੀ 8-9 ਫੁੱਟ ਦੀ ਹੁੰਦਾ 9 ਫੁੱਟ ਦਾ ਹੀ ਰੂਟਾਵੀਟਰ ਹੈ 7 ਫੁੱਟ ਦਾ ਟਰਾਈਲਾ ਖਾਣੇ ਮੀਟਰ ਚੱਲ 9 ਰੱਖ ਲਾ ਜੇ ਮੀਟਰ ਦੂਗਾ ਹੋਵੇ ਪੈਮਾ ਨਹੀਂ 7 ਫੁੱਟ ਹੀ ਉਹਨੂੰ ਕਿਹੜਾ ਨਾ ਲਾਉਣਾ ਪੈਮਾ ਮੀਟਰ ਤਾਂ ਵੀ ਬਸੇਰਾ ਜੇ ਸਿੱਧਾ ਬਿੱਟ ਵਾਲਾ ਵੀ ਹੋਵੇ ਬਹੁਤ ਚੰਗਾ ਜੀ ਲਓ ਜੀ ਇੱਕ ਹੋਰ ਬੇਨਤੀ ਅਸੀਂ ਕਰਦੇ ਜ਼ਰੂਰੀ ਬੇਨਤੀ ਕਰਨੀ ਹੈ ਇੱਕ ਵੀ ਧਿੰਦੇ ਨਾਲ ਲੈਣੀ ਹੈ ਬਾਈ ਗੱਡੀ ਸਕਾਰਪੀਓ ਲੈਣੀ ਹੈ ਕਾਲੇ ਰੰਗ ਦੀ ਮਾਡਲ ਹੋਵੇ 21-22-23 ਮਾਡਲ ਠੀਕ ਹੈ ਕਿਸੇ ਦੇ ਘਰਾਂ ਖੜੀ ਮਿਲ ਜਾਵੇ ਬਹੁਤ ਵਧੀਆ ਗੱਲ ਹੈ ਸਾਫ਼ ਗੱਡੀ ਵੀ ਵੇਚਣੀ ਹੋਵੇ ਕਿਸੇ ਨੇ ਬਾਈ ਸਾਡੇ ਕੋਲ ਸੰਪਰਕ ਕਰ ਸਕਦਾ ਗੱਗੇ ਨੂੰ ਫੋਨ ਕਰ ਲਓ ਮੈਨੂੰ ਫੋਨ ਕਰ ਲਵੇ ਮਲਕੀਤ ਬਾਈ ਨੂੰ ਸਾਡੇ ਨੰਬਰ ਹੈਗੇ ਤੁਹਾਡੇ ਕੋਲ ਰੰਗ ਕਾਲਾ ਹੋਵੇ ਪਰ ਰੰਗ ਕਾਲਾ ਹੋਵੇ ਮਾਡਲ 21 ਹੋਵੇ 22 ਹੋਵੇ 23 ਹੋਵੇ ਠੀਕ ਹੈ ਕਾਲੇ ਰੰਗ ਦੀ ਸਕਾਰਪੀਓ ਗੱਡੀ ਸਕਾਰਪੀਓ ਇੱਕ ਸਕਾਰਪੀਓ ਐਨਾ ਹੀ ਉਹ ਨਹੀਂ ਹਾਂ ਇਕੱਲੀ ਸਕਾਰਪੀਓ ਸਕਾਰਪੀਓ ਧੰਦੇ ਨਾਲ ਲੈਣੀ ਆ ਉਹ ਬਾਕੀ ਬਾਈ ਨਾਲ ਲੈਣੀ ਆ ਬਾਈ ਸਵਿਫਟ ਗੱਡੀ ਹੋਵੇ 17 ਮਾਡਲ ਦੇ ਉੱਪਰ ਜੇ i20 ਹੋਵੇ ਦੋਹਾਂ ਗੱਡੀਆਂ ਵਿੱਚ ਜਿਹੜੀ ਮਰਜ਼ੀ ਹੋਵੇ ਹੋਵੇ 17 ਮਾਡਲ ਦੇ ਉੱਪਰ ਜੇ ਕਿਸੇ ਦੇ ਘਰਾਂ ਖੜੀ ਆ ਸਾਡੇ ਕੋਲ ਸੰਪਰਕ ਕਰ ਸਕਦਾ ਵੀ ਸਾਨੂੰ ਫੋਨ ਕਰਦੇ ਅਸੀਂ ਚੈੱਕ ਕਰਕੇ ਦੇਖ ਕੇ ਆਪਣਾ ਸੌਦਾ ਕਰ ਲਾਂਗੇ ਜਿਵੇਂ ਦਾ ਹੋਇਆ ਠੀਕ ਹੈ ਹਾਂ ਵੀ ਸਵਿਫਟ ਗੱਡੀ ਔਰ i20 17 ਮਾਡਲ ਦੇ ਉੱਪਰ ਹੋਵੇ ਸਕਾਰਪੀਓ ਜਿਹੜੀ 21-22 ਮਾਡਲ ਹੋਵੇ ਕਾਲਾ ਰੰਗ ਹੋਵੇ ਕਾਲਾ ਰੰਗ ਜਿਹੜੀ ਸਵਿਫਟ ਹੈ ਔਰ ਇਹ ਹੈ ਚਿੱਟੇ ਰੰਗ ਦੀ ਵਾਈਟ ਹੋਵੇ ਦੋਨੇ ਗੱਡੀਆਂ ਬਾਕੀ ਤੀਆ ਸੌਦਾ ਇੱਕ ਹੋਰ ਹੈ ਸਾਡਾ ਵੀ 7-7 ਦੀਆਂ ਤਵੀਆਂ ਕਿਸੇ ਕੋਲ ਲਿਫਟ ਵਾਲੀਆਂ ਹੋਣ ਸਾਡੀ ਬੇਨਤੀ ਭਾਈ ਮਨਜ਼ੂਰ ਕਰਿਓ ਵੀ ਨਹੀਂ ਡੀਲਰਾਂ ਕੋਲ ਤਾਂ ਬਥੇਰੀਆਂ ਖੜੀਆਂ ਅਸੀਂ ਲਿਆ ਸਕਦੇ ਪਰ ਜਿਹੜੀ ਆਪਣੀ ਘਰ ਦੀ ਚੀਜ਼ ਦੇਖੀ ਵੀ ਹੁੰਦੀ ਆ ਉਹ ਵਧੀਆ ਰਹਿੰਦੀ ਆ
ਤਾਂ ਕਰਕੇ ਅਸੀਂ ਵੀਡੀਓ ਦੇ ਵਿੱਚ ਪਾਇਆ ਸਕਾਰਪੀਓ ਗੱਡੀ 21-22 ਮਾਡਲ। ਬਾਕੀ ਸਵਿਫਟ ਆਰ ਜਿਹੜੀ ਆਪਣੀ i20 ਹੈ 17 ਮਾਡਲ ਦੇ ਉੱਪਰ ਹੁਣ ਵਾਈਟ ਕਲਰ ਉਹ ਕਾਲੇ ਰੰਗ ਦੀ ਹੋਵੇ। ਇੱਕ ਤਾਬੀਆਂ ਜੀ ਸਾਥ ਦੀ। ਹਵਾ ਪੂਰੀ ਚੱਲਦੀ ਅੱਜ, ਹਵਾ ਦੇਖ ਲਾ, ਧੁੱਪਾਂ ਵੀ ਕਹਿੰਦੇ ਪੂਰੀ ਆ, ਠੰਡ ਹੀ ਪੂਰੀ ਆ। ਹਾਂ ਅੱਜ ਖੜਨਾ ਔਖਾ ਹੋ ਗਿਆ, ਬਹੁਤ ਵਧੀਆ ਤੇਜ਼ ਆ, ਅੱਜ ਕੋਹਰਾ ਪਿਆ ਹੈ, ਠੰਡ ਬਹੁਤ ਸੀ ਬਾਈ ਅੱਜ, ਠੰਡ ਵੀ ਬਹੁਤ ਆ। ਚੱਲ ਜਿੰਨੀ ਲਿਖੀ ਭੋਗ ਗਿਆ ਕਹਿੰਦਾ ਤੂੜੀ ਮਾਤਾ, ਅੱਜ ਠੰਡ ਨੀ ਲੱਗਦੀ ਉੱਤੇ ਬੈਠਦੇ ਹੋ ਰਹੇ ਆ, ਜਾਂ ਤੂੜੀ ਜਾਂ ਪਰਾਲੀ ਆ ਗਈ ਆਪਾਂ ਉੱਥੇ ਬਹਿਨੇ, ਇਹ ਉੱਥੇ ਠੰਡ ਲੱਗਦੀ ਉਹਨੂੰ, ਉਹ ਨਿਆਣਾ ਫਿਰ ਬੱਚਾ ਬਾਈ ਹੋਰ ਕੰਮ ਕਰੇ ਇੱਕ ਮੋਗਾ ਟੱਕੀ ਫਿਰ ਕਿਆ ਚੱਕਰ ਮੋਗਾ ਮੋਗਾ ਇਹ ਆਹੋ ਮੀਟ ਖਾ ਕੇ ਪੈ ਰਿਹਾ ਮੀਟ ਖਾ ਕੇ ਪਿਆ ਪਤਾ ਨਾਲੇ ਮੀਟ ਜ਼ਿਆਦਾ ਖਾ ਲਿਆ ਪਤਾ ਚੱਲਦੀ ਬਾਈ ਪੂਰੀ ਤੇਜ਼ ਹਵਾ ਹਵਾ ਬਹੁਤ ਆ, ਤੁਸੀਂ ਖੜਦੇ ਸਾਡੀ ਚਲੋ ਜਾਣਦੇ ਅੱਜ ਵਿਹਲੇ ਆ, ਕਹਿੰਦਾ ਉਹਨੇ ਨਾ ਆਹ ਫਰਕ ਆ ਹਾਂ, ਇਹ ਫੋਟੋ ਦਾ ਗੇੜੇ ਬਹੁਤ ਤੇ ਬਹੁਤ ਲੱਗਦਾ ਇਹ ਕਹਿੰਦਾ ਉਹਦੇ ਟਾਈਮ ਲਾਊਗਾ ਬੜਾ ਜੀ ਸੋਨੀ ਵੇਲਾ
ਗੁੱਸਾ ਪਾਈਏ ਰੇ, ਕੋਈ ਕੱਲ ਨੂੰ ਛੱਡੂਗੇ ਹੁਣ ਇੱਥੇ ਦਾ ਪਾਵਾਂ ਥੋੜ੍ਹਾ ਜਿਹਾ ਟਾਈਮ ਆ ਹੁਣ ਲੈਟ ਨਾ ਅੱਠ ਗਈ ਸਾਰੀ ਕੰਮ ਉਹਦਾ ਅੱਧ ਵਿਚਾਲੇ ਰਹਿ ਗਿਆ ਘਰ ਨੂੰ ਚਲੇ ਗਏ ਨਹੀਂ ਕੰਮ ਹੋ ਗਿਆ ਤਾਂ ਘੰਟੇ ਦਾ ਕੰਮ ਰਹਿ ਗਿਆ ਤਾਂ ਸਾਰੇ ਗੇਟ ਦਾ ਸਰ ਨਿਰਵੀਰ ਲੱਗ ਗਿਆ ਇੱਕ ਕਾਂਗਰਸ ਬਣਾਉਣਾ ਤੇ ਪਰਸੀਨ ਹੈ ਦੋਹਾਂ ਵਾਂ ਜਿਹੜਾ ਪਰਸੀਨ ਵਾਲੀ ਗੇਰ ਦੇਣਾ ਹੁਣ ਥੈਲਾ ਲਿਆਂਦਾ ਚੱਕ ਕੇ ਤਾਂ ਹੀ ਤਾਂ ਪਰਸੀਨ ਵਾਲੀ ਕਣਕ ਮਾਂ ਵੀ ਸਾਰੇ ਕਿਤੇ ਗਿਰ ਜਾਣਾ ਕੀਲੇ 'ਚ ਗਿਰ ਜਾਣਾ ਮੈਂ ਮੰਗ ਰਿਹਾ ਪਰਸੀਨ ਰੇ ਹੁਣ ਕਣਕ ਵੀ ਮੰਗ ਰਹੀ ਆ ਭਾਈ ਬਾਕੀ ਕੱਲ੍ਹ ਨੂੰ ਦੇਖਦੇ ਕਿਆ ਬਣਦਾ ਉਹ ਵਾਹ ਪਾਰਟੀ ਹੋ ਗਈ ਮੁੰਡੇ ਕਿ ਨਹੀਂ ਮੁੰਡੇ ਕਿ ਨਹੀਂ ਪਾਰਟੀ ਹੋ ਗਈ ਲੱਗਦੀ ਮੈਨੂੰ ਚੀਜ ਬਣ ਗਈ ਬੈਟਰੀ ਤਿੰਨ ਸਾਲ ਸੀ ਬੈਟਰੀ ਚੱਕੀ ਫਰੀ ਜਾਂਦਾ ਘੱਟ ਵੱਧ ਨਾਲੇ ਸਾਡੀ ਖੜਾਕਾ ਲਿਆ ਦੋ ਮੋਟਰਸਾਈਕਲ ਲੱਦ ਚਾਚੇ ਲਿਆ ਦਵਾ ਲਿਆ ਜੀ ਦੋ ਮੋਟਰਸਾਈਕਲ ਲੱਦ ਸਾਡੇ ਸਾਡੇ ਦੋ ਲਾਲ ਵੀ ਆਉਣੀ ਇਹ ਚਾਰ ਚਾਲੀਆਂ ਬਹੁਤ ਦੂਰ ਥਾਈ ਹੁੰਦੀ ਸੀ ਹੁਣ ਬਿਜਲੀ ਵਾਲੀ ਆ ਗਿਆ ਕੋਲੇ ਆਏ ਤੇ ਪਤਾ ਲੱਗਦਾ ਵੀ ਆ ਗਈ ਦੋ ਤਿੰਨ ਫਾਇਦੇ ਲੱਤਾਂ ਠੰਡ ਨੀ ਲੱਗਦੀ ਸਭ ਤੋਂ ਬੜੀ ਫਾਇਦਾ ਇਹਦਾ ਹੈ ਇਹ ਆਪਣੇ ਕੋਲ ਤਾਂ ਇਹ ਸਮਾਨ ਬਹੁਤ ਆਉਂਦਾ ਇਹ ਪਰ ਇਹ ਤੇ ਪੈਰਾਂ ਦੇ ਸਮਾਨ ਜਿੰਨਾ ਮਰਜ਼ੀ ਰੱਖ ਲੈ ਰੇਹ ਨਾਲ ਚੱਲਣਾ ਇਹਨੇ ਹਾਂ ਹਾਂ ਹੈ ਕਿ ਨਹੀਂ ਪਤਾ ਹੁਣ ਉਹਦੇ ਚ ਰੇਹ ਚੱਕ ਲਿਆ ਮੈਂ ਪਹਿਲਾਂ ਤਾਂ ਲਾਈਟ ਰੱਖ ਗਈ ਸੀ ਜੋ ਸੋਨੀ ਕੋ ਬੈਠਾ ਤਾਂ ਮੈਂ ਰੇਹ ਛੱਡਿਆ ਮੈਂ ਯਾਰ ਨਾ ਬਣਿਆ ਨਹੀਂ ਗੇੜਾ ਜੇ ਗੇੜ ਦਾ ਬਣ ਗਿਆ ਲਾਈਟ ਨਾ ਟੀਆਂ ਨੂੰ ਰਗੜਨ ਲੱਗਿਆ ਤਾ ਉਹ ਅੱਛਾ ਗ੍ਰਾਈਂਡਰ ਜਾਂ ਮਾਰਨ ਲੱਗਿਆ ਤਾ ਅੱਛਾ ਤਿਆਰ ਕਰਤਾ ਤਾਂ ਉਹਨੇ ਫਲੜੇ ਅਲੱਗ ਅਲੱਗ ਕਰ ਦਿੱਤੇ ਹੁਣ ਕਹਿੰਦਾ ਗ੍ਰਾਈਂਡਰ ਮਾਰ ਦੇ ਜਿੱਥੇ ਟੁੱਚ ਰਹਿੰਦਾ ਉਹ ਲਵਾ ਕੇ ਦੁਆਰ ਕੇ ਥੋੜ੍ਹੀ ਲਾਈਟ ਚੱਲੇ ਗੇੜ ਤਾਂ ਬਣਾ ਦਿੱਤਾ ਉਹਨੇ ਹਾਂ ਹੋਲਾ ਹੈ
ਕਹਿੰਦਾ ਹੁੱਕ ਤੇਰੀ ਕਹਿ ਰਹੀ ਉੱਪਰ ਚੱਲਵੀ ਨੀ ਹੈਗੀ ਹੁੱਕ ਆਹ ਚੁੱਲ੍ਹੇ ਵਾਲੀ ਉਹ ਚੱਲਵੀ ਆ ਕਿ ਉੱਪਰ ਆ ਨਾ ਨਾ ਚੱਲਵੀ ਆ ਫਿਰ ਪੈ ਜਾਣੀ ਇਹਨੂੰ ਪੈ ਜਾਣੀ ਹੈ ਦੇਖ ਲੈਣਾ ਟੱਕਾ ਤੋੜ ਕੇ ਆਹੋ ਲਿਆ ਜਾ ਪਾ ਕੇ ਦੇ ਦਿੰਦੇ ਲਿਆ ਉਹ ਜਗ੍ਹਾ ਉਹੀ ਨੇ ਕਿ ਚੱਕਿਆ ਕਹਿੰਦਾ ਮੇਰੇ ਕੋਲ ਕੈਮਰਾ ਨਾਲ ਖੜਾ ਹੈ ਚਾਚਾ ਕਹੋ ਮੈਂ ਸਾਰਾ ਦਿਨ ਕੈਮਰੇ ਕੋਲ ਰਹਿੰਦੇ ਅਸੀਂ ਮੈਨੂੰ ਪਤਾ ਵੀ ਖਬਰ ਕਰਦਾ ਵੀ ਚਾਚਾ ਸਤਿ ਸ੍ਰੀ ਅਕਾਲ ਬੁਲਾਉਂ ਆਏ ਮੈਂ ਸਤਿ ਸ੍ਰੀ ਅਕਾਲ ਬੁਲਾਉਂਦਾ ਮੈਂ ਟੋਟਾ ਚੱਕ ਕੇ ਲਿਆਇਆ ਤਾ ਇਹ ਲਾਈ ਜਾਂਦੇ ਆਪਣੇ ਆਪਣੇ ਨੂੰ ਮੈਂ ਤਿੰਨਾਂ ਸਾਈਡਾਂ ਦੀ ਰੋਕਦੀ ਉੱਤੇ ਤੇ ਵੇਚਣ ਨੂੰ ਆਊਗੀ ਹੁਣ ਠੀਕ ਨੀ ਬਾਈ ਨੌ ਦਸ ਵਜੇ ਜਾਂਦੇ ਸੀ ਪੈਂਦਾ ਸੱਤ ਵਜੇ ਫੇਰ ਅਸੀਂ ਤਾਂ ਪੁੱਛਦਾ ਬਾਈ ਨੂੰ ਸਾਢੇ 9 ਵਜੇ 10 ਵਜੇ ਗਏ ਉੱਥੇ ਗਏ ਨਾ ਟਾਈਮ ਲੱਗ ਜਾਂਦਾ ਜਦ ਤੇ ਦੇਖ ਕੇ ਇੱਧਰ ਬੈਟਰੀ ਬੁਟਰੀ ਸ਼ੈੱਡ 'ਚ ਮਾਰ ਕੇ ਆਪਾਂ ਲਾ ਗਿਆ ਉਹਦੇ ਤਾਰ ਉੱਥੇ ਬਾਅਦ ਠੀਕ ਸੀ ਰਾਤ ਜਿਹੜੀ ਹੋਰ ਜਾਰ ਉੱਪਰ ਆ ਗਈ 11 ਵਜੇ ਕੁੱਤੇ ਭੌਂਕਦੇ ਸੀ ਕੁੱਤੇ ਸਾਡੇ ਮੁਰਗਾ 'ਚ ਕੀ ਮਿੰਟ ਰਾਤ ਇੱਕ ਤਾਂ ਮਰ ਲਿਆ ਖਾ ਕੇ ਪੋਲਟਰੀ ਫਾਰਮ ਬਹੁਤ ਹੈ ਇਹ ਛੱਡਣੇ ਚਾਹੀਦੇ ਦੱਬਣੇ ਚਾਹੀਦੇ ਆ ਜਿਹੜੇ ਕੋਈ ਬਿਮਾਰ ਠਮਾਰ ਆ ਕੁੱਤਾ ਮੈਂ ਸਾਡਾ ਮੁਰਗਾ ਖਾ ਕੇ ਮਰ ਗਿਆ ਬਸ ਫਿਰ ਠੱਡੇ ਪਰ ਆਉਣਾ ਆਪਣੇ ਪਰ ਘੁੰਮ ਘੁਮਾ ਕੇ ਰਾਤ ਨੂੰ ਘੁੰਮਣ ਪਰੇ ਹੋਰ ਸਾਰੇ ਕੋਲ ਕੁੱਤਾ
ਪਾਲੀ ਕਹਿੰਦਾ ਹੁਣ ਬੋਟ ਕਲੱਬ ਗਿਆ ਹੋਇਆ, ਕਹਿੰਦਾ ਸਾਹ ਮੂੰਹ ਟਿੱਪੜਿਆ ਹੋਇਆ, ਕਹਿੰਦਾ ਆ ਗਿਆ, ਕਹਿੰਦਾ ਸਾਹ ਬੋਟ ਕਲੱਬ ਗਿਆ ਜਾ ਕੇ ਬੋਟ ਕਲੱਬ ਜੀ ਠੰਡ ਜਾਣਾ ਲੋਜਨ ਵੀ ਆਪ ਜਾਂਦੀ ਹੈ, ਠੰਡ ਬਹੁਤ ਠੰਡੀ ਹਵਾ, ਠੰਡੀ ਹਵਾ ਕੋਈ ਨਾ ਦਿੱਲੀ ਨੀ ਲਿਆ ਹੈਗਾ ਤੁਸੀਂ ਬਾਹਰ ਪੈ ਗਏ ਠੰਡ ਹੋਤਰਾਂ ਦੀ ਆ, ਇਹ ਹੋਤਰਾਂ ਠੰਡ ਬਸ ਬਹੁਤ ਪਹਿਲੀ ਠੀਕ ਆ, ਉਹ ਮੌਸਮ ਵਧੀਆ ਰਿਹਾ ਉਨੇ ਜਿੰਨੀ ਲੋੜ ਤੀ ਉਹਨਾਂ ਦੇਗਾ ਰੱਬ, ਬਹੁਤੀ ਵੀ ਡਿਮਾਂਡ ਚਾਹੀਦੀ ਕਰਨੀ ਜਿੰਨਾ ਕਿ ਲੋੜ ਤੀ ਉਹਨੇ ਦੇ ਗਿਆ, ਹੁਣ ਮੌਸਮ ਮਹੀਨਾ ਚੇਂਜ ਮੌਸਮ ਚੇਂਜ ਹੋਣਾ ਚਾਹੀਦਾ ਹੁਣ ਛਿੱਟੀਆਂ ਜੀ ਬੱਜੀ ਅਬਦੁਲ ਪਪੂਲਰ ਦੀ ਜਿਦਨ ਕਿੰਨਾ ਰਾਤ ਦੇ ਧਿੰਦੇ ਵਾਲਾ ਆਹ ਵੱਜੇ ਉਹ ਵੱਜਿਆ ਛਿੱਟੀ ਵੱਜੀ ਉੱਥੇ ਪਪੂਲਰ ਕੋਲ ਲਿਖਿਆ ਭਰੀਆਂ ਗਿਣਦਾ ਦਾ ਫਿਰ ਹੁਣ ਮੈਨੂੰ ਠੰਡ ਲੱਗਦੀ, ਮੈਂ ਕੋਟ ਖੋ ਲਿਆ ਯਾਰ ਤੈਨੂੰ ਕਹਿ ਰਹੇ ਹੋ ਸਹੀ ਜਾਣਦੇ ਤੂੜੀ ਵਾਲੇ ਕੱਪੜੇ ਤਾਂ ਨਹੀਂ ਹੈਗਾ ਬਾਈ ਤਾਂ ਹੀ ਢੋਂਦਾ ਯਾਰ, ਤੂੜੀ ਵਾਲੀ ਡਿਊਟੀ ਵਾਲੇ ਤਾਂ ਹੈਗਾ ਬੰਦਾ ਡਿਊਟੀ ਕਰਕੇ ਸਵੇਰ ਦਾ ਕਿਹਾ ਤੁਹਾਨੂੰ ਦੋਵੇਂ ਚ
ਹੁਣ ਜੇ ਛੁੱਟੀ ਆ ਗਿਆ ਹੁਣ 5 ਵਜੇ ਛੁੱਟੀ ਹੋਈ ਆ ਹੁਣ ਅਸੀਂ ਭਈਏ ਅਸੀਂ ਭਈਏ ਯਾਰ ਫਿਰ ਪੜ੍ਹ ਲੈਂਦੇ ਚਾਰ ਕੁ ਤੂੰ ਡਿਊਟੀ ਲਾ ਲੈਂਦਾ ਜਿਹੜਾ ਹੁਣ ਡਿਊਟੀ ਵਾਲਾ ਉਹਦਾ ਡਿਊਟੀ ਕਰ ਲਈ ਜੋ ਉਹਦਾ ਛੱਡ ਸਕਦਾ ਡਿਊਟੀ ਜਿਹੜਾ ਉਹ ਘਰ ਆਉਣਾ ਪਿੱਛੇ ਕੰਮ ਕਰ ਲਈ ਯਾਰ ਉਹਦਾ ਜੇ ਲਾਹ ਲਵੇ ਜੇ ਨਾਲੇ ਉਹਨੂੰ 8 ਘੰਟੇ ਡਿਊਟੀ ਕਰਕੇ ਆਇਆ ਜੇ ਹੁਣ ਆਉਂਦੇ ਨੂੰ ਕਾਕਾ ਲਾ ਦੇ ਇੱਥੇ ਜ਼ਮੀਨ ਤੇ ਵਿਹਲੇ ਫਿਰਦੇ ਉਹ ਰੇਲ ਉਹਦਾ ਸ਼ੌਟ ਹੈਗੀ ਬਾਈ ਹੁਣ ਨਹੀਂ ਤਾਂ ਕਰੀ ਜਾਂਦਾ ਨਾ ਬਹੁਤ ਦੂਰ ਹੈ ਹੁਣ ਬਹੁਤ ਚੱਕ ਲੈ ਪਾਂਦਾ ਟੁੱਟ ਘਟੇ ਘਟੂਗਾ ਰੇ ਕੱਲੂ ਟੋਟੇ ਅਸੀਂ ਪਾਉਂਗੇ ਦੇਖ ਕੱਲੂ ਟੋਟਿਆਂ ਦਾ ਕੰਮ ਹੈਗਾ ਸਾਡਾ ਮੰਨ ਕੇ ਚੱਲ ਤੂੰ ਇੱਕ ਦੋ ਤਿੰਨ ਹੋ ਗਏ ਛੇ ਹੈ ਛੇ ਅਰਬ ਤਿੰਨ ਨੌ ਨੌ ਤੇ ਦੋ ਗਿਆਰਾਂ ਗਿਆਰਾਂ ਬਾਰਾਂ ਟੁੱਟੇ ਪੈਣੇ ਕੱਲ ਨੂੰ ਬਾਅਦ ਵਿੱਚ ਅਸੀਂ ਛੱਡਦੇ ਨਹੀਂ ਇੱਥੇ ਦੇ ਟਰੈਕਟਰ ਆਈਏ ਦੋ ਲੈਣਾ ਵਾਏ ਪਾ ਕੇ ਆਏ ਲੱਗ ਮੁੜੇ ਹੁਣ ਦੁੱਲਾ ਵੀ ਬਾਈ ਰੰਗ ਚ ਮਾਰੇ ਪਾਉਂਦਾ ਉਹਨੂੰ ਵੀ ਕੌਣ ਦਾ ਉਹ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਬੰਦਾ ਦਾ ਸੰਜਾ ਸੰਜੇ ਦੇ ਕੰਮ ਕਰਾਏ ਸਾਰੇ ਸੰਜੇ ਦੇ ਕਰਾਏ ਸਾਰੇ ਸੰਜੇ ਦੇ ਕਰਾਏ ਆ ਅੱਜ 3 ਮਹੀਨੇ ਪਹਿਲਾਂ ਕੰਮ ਨਿਬੜਦਾ ਰੰਗ ਦਾ ਕੱਦੇ ਬਹੁੰਦੇ ਹੋ ਜਾਣਦੇ ਇੱਕ ਘੰਟੇ ਵਿਚਾਰੇ ਦੇ ਹੁਣ ਬਈ ਨਵਾਂ ਬੰਦਾ ਤਿਆਰ ਕਰ ਦੁੱਲਾ ਸੀ ਕਰਤਾ ਹੁਣ ਨਵਾਂ ਆਪਣਾ ਸਮਾਨ ਕਰਕੇ ਰੰਗ ਭੇਜੇ ਕਰੂਗਾ ਗਾਹ ਨੂੰ ਉਹ ਕਰਨਾ ਹੀ ਪੈਣਾ ਹੁਣ ਜਾ ਕਰੇ ਕਰੇ ਬਈ ਜਨਾ ਆਪਣਾ ਮੈਂ ਸਾਰਾ ਹੰਦ ਪੱਤਾ ਲਿਆ ਡੰਗ ਦਾ ਸਾਰ ਲਈ ਪੈਣਾ ਤੂੰ ਬਾਅਦ ਵਿੱਚ ਕਰ ਰਿਹਾ ਗੱਲਾਂ ਕਰਨੇ ਵਾਸਤੇ ਹੁਣ ਨਾ ਠੀਕ ਹੈ ਇਹਨਾਂ ਵਾਸਤੇ ਨਾ ਉਹਨਾਂ ਨੇ ਮਸ਼ੀਨ ਮੰਗਾਈ ਸਪੈਸ਼ਲ ਮੈਂ ਕਿਹਾ ਰੰਗ ਕਰਨਾ ਯਾਰ ਆਚਰੇ ਉਹ ਵੀ ਨਹੀਂ ਕਰਦੇ ਵੀ ਕੰਪਰੈਸ਼ਰ ਲਿਆ ਦੀ ਇੱਕ ਵਧੀਆ ਜਾ ਉਹ ਕਿਹਾ ਵਾ ਬੰਦੇ ਨੂੰ ਬਾਈ ਕਿਹਾ ਵਾ ਹਾਂ ਕਹੇ ਤਾਂ ਮੈਂ ਤੈਨੂੰ ਕਹਾਂ ਵੀ ਕੰਪਰੈਸ਼ਰ ਦਵਾ ਦੇ ਯਾਰ ਬਈ ਰੰਗ ਵਧੀਆ ਹੋ ਜਾਂਦੇ ਚੱਲ ਜਾਣਾ ਪੈਣਾ ਮਿਲ ਜਾਣਾ ਉਹਨੂੰ ਕਹ ਲਿਆ ਕੇ ਰੱਖ ਲਾ ਉਹਨੂੰ ਤਾਂ ਨੌਲੇਜ ਹੈਗੀ ਯਾਰ ਆਪਾਂ ਤਾਂ ਚੱਲ ਨਹੀਂ ਹੈਗੀ ਕੰਪਰੈਸ਼ਰ ਵਾਲੀ ਆਹੋ ਮੂਵਾ ਤਾਂ ਯਾਰ ਕਰਦੇ ਰਹਿੰਦੇ ਹੁਣ ਸਾਨੂੰ ਕੀ ਪਤਾ ਉਹ ਰੰਗ ਮੈਨੂੰ ਕੀ ਕਰਨਾ ਇਧਰ ਆ ਜਾ ਲਾਲ ਹੋ ਗਿਆ ਵੀਰੇ ਆਹ ਲਾਲ ਆ ਹੋ ਗਿਆ ਆਹ ਕਾਲਾ ਇਹ ਗੰਦੇ ਆਹ ਕਾਲਾ ਸਾਰਾ ਕਾਲਾ ਨੇ ਕਾਲੀ ਟੇਪ ਲਾ ਦਿੱਤੀ ਆਹ ਕਾਲਾ ਹੈ ਮੂਰੇ ਕਾਲਾ ਪੈਪ ਕਾਲੀ ਘੋੜੀ ਤੇ ਆਹ ਪਲੇਟਾ ਸਿਲਵਰ
ਜਿਹੜੀਆਂ ਪਲੇਟਾਂ ਸਿਲਵਰ ਸਾਰੀਆਂ ਜਿਹੜੇ ਮਤਲਬ ਪਲੇਟਾਂ ਸਿਲਵਰ ਕਰ ਦੇਣੀਆਂ ਫੋਨ ਨੰਬਰ ਵਾਇਆ ਵਾ ਆਹ ਹੋ ਗਿਆ ਕਾਲਾ ਉੱਪਰ ਬਾਈ ਰੰਗ ਤਾਂ ਹੁਣ ਦੱਸਣ ਲੱਗ ਗਿਆ ਵਧੀਆ ਬਣਾ ਰਿਹਾ ਹਜੇ ਤੱਕ ਡੇ ਵੀ ਯਾਰ ਬਾਜ ਨੀ ਕਦੇ ਦਿਨ ਜਵਾ ਹੱਸ ਵੀ ਗਿਆ ਰੇਡੀ ਆ ਕਟਿੰਗ ਵਾਲਾ ਰਹਿ ਗਿਆ ਕਟਿੰਗ ਵਾਲਾ ਕੁੱਕੜੇ ਵੀ ਤਿਆਰ ਹੈ ਬਾਕੀ ਸਭ ਤਿਆਰ ਹੈ ਬਾਪ ਜਾ ਕੇ ਲਾਉਣਾ ਪੈਣਾ ਕੰਮ ਆਪ ਜਾ ਕੇ ਲਾਉਣਾ ਬਸ ਉਹਦੇ ਕੋਲ ਪੈਣਾ ਰੰਗ ਬਧੀਆ ਹੋਗਾ ਠੀਕ ਹੈ ਨਾ ਲਾਲ ਰੰਗ ਵਧੀਆ ਵਧੀਆ ਉਹ ਵੀ ਠੀਕ ਤੇ ਆਪਾਂ ਉਹਨੂੰ ਹੋਇਆ ਬੰਦਾ ਬਰਾਊਨ ਕੁੜੀ ਵਾਲੀਆਂ ਤਾਂ ਤਰੀਆਂ ਨੂੰ ਹੋਇਆ ਉਹ ਵੀ ਰੰਗ ਵਧੀਆ ਸੀ ਗੱਲ ਉਹ ਮੈਂ ਰੂਨਾ ਥੋੜਾ ਡਾਰਕ ਹੈ ਨਾ ਹਾਂ ਉਹ ਮਤਲਬ ਹੈ ਬਰਾਊਨ ਚ ਆਉਂ
ਕੱਲ ਨੂੰ ਦਿਖਾਉਂਗਾ ਜੇ ਕੱਲ ਨੂੰ ਕੰਪਲੀਟ ਹੋ ਗਏ ਨਾ ਮਾਰਕਾ ਮੂਰਕਾ ਲਾ ਗਿਆ ਵਧੀਆ ਬਣਾ ਦੇ।